ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਨਵ ਨਿਯੁਕਤ ਬੀਜੇਪੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਭਾਰੀ ਸ਼ਾਮ ਸਿੰਘ ਅਰੋੜਾ, ਜਿਹੜੇ ਸਾਬਕਾ ਮੰਤਰੀ ਵੀ ਇੱਥੇ ਲੁਧਿਆਣਾ ਪਹੁੰਚਿਆ, ਵਿਸ਼ੇਸ਼ ਤੌਰ 'ਤੇ ਬੀਜੇਪੀ ਦੇ ਮੰਡਲ ਨਾਲ ਲੁਧਿਆਣਾ ਗੱਲਬਾਤ ਕੀਤੀ। ਗੱਲਬਾਤ ਸਰ, ਦੇਖੋ ਅੱਜ ਸਾਰੇ ਲੋਕ ਨਾ, ਜੇ ਸੱਚ ਪੁੱਛੋ ਤਾਂ ਮੋਦੀ ਸਾਹਿਬ ਵੱਲ ਦੇਖ ਰਹੇ ਨੇ। ਆ ਤਿੰਨਾਂ ਸਟੇਟਾਂ ਦੇ ਰਿਜ਼ਲਟ ਤੋਂ ਬਾਅਦ ਇੱਕਦਮ ਲੋਕਾਂ ਦੇ ਮਨਾਂ ਦੇ ਅੰਦਰ ਇਹ ਧਿਆਨ ਆਇਆ ਕਿ ਅਗਰ ਕੋਈ ਦੇਸ਼ ਨੂੰ, ਸਟੇਟ ਨੂੰ ਚਲਾ ਸਕਦਾ ਤਾਂ ਉਹ ਮੋਦੀ ਸਾਹਿਬ ਚਲਾ ਸਕਦੇ ਨੇ, ਉਹਨਾਂ ਦੀਆਂ ਨੀਤੀਆਂ ਚਲਾ ਸਕਦੀਆਂ, ਉਹਨਾਂ ਦੀ ਗਰੰਟੀ ਚਲਾ ਸਕਦੀ। ਇੱਦਾਂ ਦੀਆਂ ਜਿਹੜੀਆਂ ਵੱਡੀਆਂ ਉਹਨਾਂ ਨੇ ਘੋਸ਼ਣਾਵਾਂ ਕੀਤੀਆਂ ਨੇ, ਦੇਖੋ 5 ਸਾਲ ਦੇ ਲਈ ਉਹਨਾਂ ਨੇ 80 ਕਰੋੜ ਲੋਕਾਂ ਦੇ ਲਈ ਰਾਸ਼ਨ ਫਰੀ ਕਰਨਾ, ਇੰਨੀਆਂ ਹੋਰ ਗਰੰਟੀਆਂ ਜਿਹੜੀਆਂ ਉਹਨਾਂ ਨੇ ਕਹੀਆਂ ਨੇ, ਇੱਕ ਪ੍ਰਾਈਮ ਮਿਨਿਸਟਰ ਗਰੰਟੀ ਦੇ ਰਿਹਾ, ਇਸ ਤੋਂ ਵੱਡੀ ਕੋਈ ਗਰੰਟੀ ਹੋ ਨਹੀਂ ਸਕਦੀ। ਅਤੇ ਲੋਕਾਂ ਨੇ ਵਿਸ਼ਵਾਸ ਕਰਕੇ ਸਾਰੀਆਂ ਵੋਟਾਂ ਪਾਈਆਂ, 3 ਸਟੇਟਾਂ 'ਚ ਸਰਕਾਰ ਬਣੀ ਹੈ। ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਆ ਅਸੀਂ ਸੀਟਾਂ ਜਿੱਤਾਂਗੇ, ਜਿਹੜੀਆਂ 13। ਔਰ ਮੈਨੂੰ ਖਾਸ ਕਰਕੇ ਜਿਹੜਾ ਲੁਧਿਆਣੇ ਦਾ ਜਿਹੜਾ ਮੈਨੂੰ ਪ੍ਰਭਾਵ ਵੀ ਲਾਈ ਗਿਆ, ਇੱਥੇ ਤਾਂ ਮੈਂ ਜੋ ਲੋਕਾਂ, ਜੋ ਵੀ ਆਪਣੇ ਵਰਕਰਸ ਮੰਡਲ ਦੇ ਸਾਰੇ ਅਧਿਕਾਰੀਆਂ ਦੇ ਜੋ ਜੋਸ਼ ਦੇਖਿਆ, ਮੈਨੂੰ ਲੱਗਦਾ ਕਿ ਬੀਜੇਪੀ ਇੱਥੋਂ ਜਿਹੜੀ ਲੋਕ ਸਭਾ ਸੀਟ ਲੈ ਕੇ ਜਾਏਗੀ। ਇੱਕ ਬੀਜੇਪੀ ਹੀ ਐਸੀ ਹੈ ਗਵਰਨਮੈਂਟ, ਸੈਂਟਰ ਗਵਰਨਮੈਂਟ, ਜਿਹੜੀ ਕਿ ਉਹਨਾਂ ਦੀ ਮਦਦ ਤੋਂ ਬਗੈਰ ਇੰਡਸਟਰੀ ਸਰਵਾਈਵ ਹੀ ਨਹੀਂ ਕਰ ਸਕਦੀ। ਔਰ ਉਹ ਜਦੋਂ ਇੱਥੋਂ ਲੋਕ ਸਭਾ ਦਾ ਮੈਂਬਰ ਜਿੱਤ ਕੇ ਜਾਏਗਾ ਬੀਜੇਪੀ ਦਾ, ਬੀਜੇਪੀ ਸਰਕਾਰ ਦੇ ਵਿੱਚ ਜਾਏਗਾ, ਤਾਂ ਮੈਂ ਸਮਝਦਾ ਇਹਦੇ ਨਾਲੋਂ ਵਧੀਆ ਗੱਲ ਹੀ ਕੋਈ ਨਹੀਂ। ਪੰਜਾਬ ਦੀ ਇੰਡਸਟਰੀ ਦਾ ਧਿਆਨ ਕੀਤਾ ਜਾਏਗਾ, ਲੁਧਿਆਣੇ ਦੀ ਇੰਡਸਟਰੀ ਨੂੰ ਪ੍ਰਫੁੱਲਿਤ ਕੀਤਾ ਜਾਏਗਾ, ਚੱਕਿਆ ਜਾਏਗਾ, ਇਹਦੀ ਇੰਡਸਟਰੀ ਜਿਹੜੀ ਤਰੱਕੀ ਕਰੇਗੀ। ਤੁਹਾਡੇ ਇੱਕ ਬੀਜੇਪੀ ਦੇ ਜਿਹੜੇ ਬੁਲਾਰੇ ਸੀ ਕਿ ਅਨਿਲ ਸਰੀਨ ਜੀ ਦੇ ਵਿਜੀਲੈਂਸ ਦੇ ਵਿੱਚ ਨਾਮ ਆਇਆ, ਬੇਨਾਮੀਆਂ ਵਾਲੀ ਮੈਡੀਕਲ ਦੇ ਸਰਟੀਫਿਕੇਟ, ਕਿਸ ਤਰ੍ਹਾਂ ਦੇਖਦੇ ਹੋ? ਉਹ ਕੇਸ ਨੂੰ 12 ਸਾਲ ਹੋ ਗਏ, ਇੱਕ ਸਿੱਟ ਨੇ ਰਿਪੋਰਟ ਕੀਤੀ ਹੈ। ਮੈਂ ਤੁਹਾਨੂੰ ਜਿੱਦਾਂ ਦੱਸਿਆ, ਮੈਨੂੰ ਅਜੇ ਪੂਰੀ ਕਨਫਰਮੇਸ਼ਨ ਨਹੀਂ ਹੈ, ਪਰ ਉਹ ਕੋਈ ਨਹੀਂ, ਸਿੱਟ ਦੀ ਰਿਪੋਰਟ ਆਈ ਹੈ, ਕੋਰਟ 'ਚ ਗਈ ਆ, ਫੈਸਲਾ ਤਾਂ ਸੱਚਾ ਝੂਠਾ ਤਾਂ ਕੋਰਟ ਨੇ ਕਰਨਾ, ਇਨਕੁਆਇਰੀ ਹੋਏਗੀ, ਪਤਾ ਲੱਗੇਗਾ ਕੀ ਹੈ। ਇੱਦਾਂ ਸਿੱਟ ਦੀ ਰਿਪੋਰਟ 'ਤੇ ਕੁਛ ਵੀ ਕਹਿਣਾ ਮੈਂ ਕਹਿੰਦਾ ਜਲਦਬਾਜ਼ੀ ਹੋਏਗੀ, ਇਨਵੈਸਟੀਗੇਸ਼ਨ ਹੋਏਗੀ, ਪਤਾ ਲੱਗ ਜਾਏਗਾ, ਸਾਰੀ ਚੀਜ਼ ਸਾਹਮਣੇ ਆ ਜਾਏਗੀ। ਕੀ ਕਾਰਨ ਹੈ ਨਗਰ ਨਿਗਮ ਚੋਣਾਂ ਦਾ ਐਲਾਨ ਕਿਉਂ ਨਹੀਂ ਕਰ ਰਹੀ ਪੰਜਾਬ, ਕਿਸ ਤਰ੍ਹਾਂ ਦੇਖਦੇ ਹੋ? ਇਹ ਤਾਂ ਸਰ ਤੁਸੀਂ ਇਹ ਸਰਕਾਰੀ ਨੇ, ਮਤਲਬ ਇਹਨਾਂ ਤੋਂ ਪੁੱਛੋ ਵੀ ਤੁਸੀਂ ਕਿਉਂ ਨਹੀਂ, ਅਸੀਂ ਤਾਂ ਤਿਆਰ ਹੈ, ਸਾਡੇ ਵੱਲੋਂ ਤਾਂ ਅੱਜ 'ਚ ਡੇਟ ਘੋਸ਼ਿਤ ਕਰ ਦੇਣ, ਅਸੀਂ ਅੱਜ ਹੀ ਕੈਂਡੀਡੇਟ ਡਿਕਲੇਅਰ ਕਰ ਦੇਣੇ। ਰਾਘਵ ਚੱਡਾ ਕਹਿੰਦੇ ਜੀ ਤੁਹਾਡੇ ਬੀਜੇਪੀ ਸਾਂਸਦ ਦੇ ਉੱਪਰ ਕਾਰਵਾਈ ਕੀਤੀ, ਲੇਕਿਨ ਦੂਜੇ ਜਿਹੜੇ ਸਾਂਸਦ ਸਸਪੈਂਡ ਕਰਤੇ, ਕਿਸ ਤਰ੍ਹਾਂ ਦੇ? ਮੈਂ ਤੁਹਾਨੂੰ ਬੇਨਤੀ ਕਰਕੇ ਹਟਿਆਂ ਕਿ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਹੈ ਜਾਂ ਰਾਜ ਸਭਾ ਦੀ ਚੋਣ ਹੁੰਦੀ ਹੈ ਮੈਂਬਰ ਦੀ, ਜਿਹੜਾ ਮੈਂਬਰ ਪਾਰਲੀਮੈਂਟ ਲੋਕ ਸਭਾ, ਉਹ 13 ਲੱਖ ਬੰਦੇ ਦੀ ਨੁਮਾਇੰਦਗੀ ਕਰਦਾ। ਜੇ ਅਸੀਂ ਹਾਊਸ ਦੇ ਅੰਦਰ ਰੋਜ਼ ਪੋਲੀਟੀਕਲ ਡਰਾਮਾ ਕਰਦੇ ਰਹਾਂਗੇ ਤਾਂ ਉਹ 13 ਲੱਖ ਬੰਦਿਆਂ ਦੀ ਆਵਾਜ਼ ਕੌਣ ਉਠਾਏਗਾ? ਇਹ ਉਹਦੇ ਬਾਰੇ ਨਹੀਂ ਸੋਚ ਰਹੇ, ਇਹ ਬਸ ਜਿਹੜੇ 2-4 ਦਿਨ ਹੈ ਸੈਸ਼ਨ ਦੇ, ਇਹ ਬਸ ਇਹਨਾਂ ਚੀਜ਼ਾਂ ਦੇ ਨਾਲ ਇਹ ਪਾਸ ਕਰ ਰਹੇ ਨੇ। ਇਹ ਲੋਕਾਂ ਦੀ ਗੱਲ ਕਰਨ ਜਾ ਕੇ ਅੰਦਰ, ਫਿਰ ਲੋਕਾਂ ਨੂੰ ਵੀ ਅੱਛਾ ਲੱਗਦਾ, ਸਾਰੇ ਲੋਕ ਸਮੇਂ ਜੋ ਮਰਜ਼ੀ ਕਰ ਲੈਣ, ਸਰਕਾਰ ਬੀਜੇਪੀ ਦੀ ਆਉਣੀ ਹੈ, ਮੋਦੀ ਸਾਹਿਬ ਨੇ ਪ੍ਰਾਈਮ ਮਿਨਿਸਟਰ ਆਉਣਾ, ਇਕੰਤ ਲਿਖਿਆ ਹੈ। ਤੁਸੀਂ ਸਾਬਕਾ ਮੰਤਰੀ ਰਹੇ, ਲੁਧਿਆਣਾ ਤੁਹਾਡਾ ਕਾਫੀ ਤਾਲੁਕ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਵੀ ਨਗਰ ਨਿਗਮ ਚੋਣ ਲੈ ਕੇ ਮੇਅਰ? ਸਰ, ਬੀਜੇਪੀ ਦਾ ਮੈਂਬਰ ਪਾਰਲੀਮੈਂਟ ਬਣੇਗਾ ਔਰ ਮੇਅਰ ਵੀ ਬੀਜੇਪੀ ਦਾ ਬਣੇਗਾ। ਨਵ ਨਿਯੁਕਤ ਲੁਧਿਆਣਾ ਦੇ ਬੀਜੇਪੀ ਪ੍ਰਭਾਰੀ ਸ਼ਾਮ ਸੁੰਦਰ ਅਰੋੜਾ, ਜਿਹੜੇ ਅੱਜ ਵਿਸ਼ੇਸ਼ ਤੌਰ 'ਤੇ ਲੁਧਿਆਣਾ ਪਹੁੰਚਿਆ, ਜਿੰਨੇ ਵੀ ਬੀਜੇਪੀ ਦੇ ਮੰਡਲ, ਬੀਜੇਪੀ ਦੇ ਮੰਡਲ ਅਧਿਕਾਰੀ ਸੀ, ਅੱਜ ਵਿਸ਼ੇਸ਼ ਤੌਰ 'ਤੇ ਮੀਟਿੰਗ ਕੀਤੀ, ਆਉਣ ਵਾਲੇ ਜਿਹੜੇ ਨਗਰ ਨਿਗਮ 14 ਲੋਕ ਸਭਾ ਚੁਣਾਵਾਂ ਵਾਸਤੇ ਆਪਣੀ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਆ, ਤੋ ਸਿੱਧੇ ਤੌਰ 'ਤੇ ਸ਼ਾਮ ਸੁੰਦਰ ਅਰੋੜਾ ਜੀ ਨੇ ਕਿਹਾ ਵੀ ਆਉਣ ਵਾਲੇ ਸਮੇਂ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਬਣੂਗਾ ਬੀਜੇਪੀ ਦਾ, ਇਸ ਦੇ ਨਾਲ ਹੀ ਨਗਰ ਨਿਗਮ ਚੋਣਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜਾ ਬੀਜੇਪੀ ਦਾ ਮੇਅਰ ਬਣੂਗਾ। ਕੈਮਰਾਮੈਨ ਬੋਬੀ ਮੈਂ ਸੰਦੀਪ ਸ਼ਰਮਾ, ਜਲਪੈਜੀ, ਲੁਧਿਆਣਾ।